ਪੰਜਾਬੀ ਟੈਸ਼ਨ ਨਾਲ ਜੁੜੇ ਹੋ ਤੁਸੀਂ ਤੇ ਮੈਂ ਜੱਸੀ ਬੜੈਚ ਦੋਸਤੋ ਅੱਜ ਦੀ ਮੁਲਾਕਾਤ ਬਹੁਤ ਖਾਸ ਆ ਔਰ ਖਾਸ ਮੁੱਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਅਕਸਰ ਆਪਾਂ ਸੁਣਿਆ ਸੀ ਜੇ ਦੋਸਤੀ ਹਮਨਾ ਤੋੜेंगे ਜਾਂ ਬਿਗ ਬ੍ਰਦਰ ਇਦਾਂ ਦੀਆਂ ਆਪਾਂ ਫਿਲਮਾਂ ਸੁਣੀਆਂ ਸੀ ਪਰ ਜਿਹੜੀ ਅੱਜ ਫਿਲਮ ਦੇ ਚਰਚਾ ਕਰਾਂਗੇ ਬਾਲੀ ਘੈਂਟ ਆ ਹਨਾ ਕਿਉਂਕਿ ਅਸੀਂ ਸਾਡਾ ਆਪਣਾ ਸ਼ਬਦ ਆ ਅਸੀਂ ਅਕਸਰ ਪਿਆਰ ਦੇ ਨਾਲ ਆਪਦੇ ਭਰਾ ਨੂੰ ਜਾਂ ਆਪਦੇ ਜਿਗਰੀ ਯਾਰ ਨੂੰ ਇੱਕ ਸ਼ਬਦ ਕਹਿੰਦੇ ਹੁੰਦੇ ਆ ਸਾਡੇ ਵਾਲਾ ਬਿਲਕੁਲ ਜੀ ਤੁਸੀਂ ਸਹੀ ਸੁਣਿਆ ਅੱਜ ਫਿਲਮ ਤੇ ਮੌਜੂਦ ਅਸੀਂ ਫਿਲੋਂਦਾ ਟ੍ਰੇਲਰ ਰਿਲੀਜ਼ ਹੋਇਆ ਜੀ ਫਿਲਮ ਦਾ ਨਾਮ ਹੈ ਸਾਡੇ ਆਲਾ ਸਾਡੇ ਨਾਲ ਸਾਡੇ ਆਲਾ ਫਿਲਮ ਦੇ ਸਾਡੇ ਆਲੀ ਕਹਿੰਦੇ ਆ ਸਾਡੇ ਆਲੀ ਭਰਾ ਬਾਈ ਸੁਣ ਪ੍ਰੀਤਵੰਤਾ ਜੀ ਸਸਿਕਾ ਜੀ ਸਸਿਕਾ ਬਾਈ ਕੀ ਹਾਲ ਹੈ ਜੀ ਬਈ ਵੀਰ ਠੀਕ ਠਾਕ ਬਹੁਤ ਵਧੀਆ ਜੀ ਅੱਛਾ ਵੀਰੇ ਗੱਲਬਾਤ ਕਰੀਏ ਹਨਾ ਕਿ ਸਾਡੇ ਆਲੇ ਇਹ ਸ਼ਬਦ ਤੁਹਾਡੇ ਲਈ ਕਿੰਨਾ ਕਹ ਅਹਿਮੀਅਤ ਆ ਹੁਣ ਤਾਂ ਇਹ ਬਹੁਤ ਖਾਸ ਹੋ ਚੁੱਕਿਆ ਫਿਲਮ ਤੋਂ ਬਾਅਦ ਫਿਲਮ ਤੋਂ ਬਾਅਦ ਹੁਣ ਦੀਪ ਤੋਂ ਬਾਅਦ ਹੋਰ ਖਾਸ ਹੋ ਚੁੱਕਿਆ ਤੇ ਇਹ ਸ਼ਬਦ ਆਪਣਾ ਆਪਣੇ ਪੰਦੀ ਗੱਲ ਕਰਦਾ ਹਨ ਸੋ ਆਬਵੀਅਸਲੀ ਬਹੁਤ ਖਾਸ ਹੀ ਰਹਿਣਾ ਇਹ ਸ਼ਬਦ ਹੁਣ ਸੋ ਵੀਰੇ ਤੁਸੀਂ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਹੁੰਦੀਆਂ ਕੀਤੀਆਂ ਹੋਈਆਂ ਨੇ ਹਨਾ ਤੁਹਾਡਾ ਕਿਰਦਾਰ ਹਰ ਫਿਲਮ ਦੇ ਵਿੱਚ ਵੱਖਰਾ ਹੁੰਦਾ ਬਹੁਤ ਸਾਰਾ ਤੁਹਾਡੇ ਇੰਡਸਟਰੀ ਨਾਲ ਤੁਹਾਡਾ ਪਿਆਰ ਹੈ ਹਨਾ ਸੋ ਦੀਪ ਉਹਨਾਂ ਚੋਂ ਹੈਗਾ ਜਿਹਨੂੰ ਤੁਸੀਂ ਪਿਆਰ ਨਾਲ ਕਹਿੰਦੇ ਵੀ ਸਾਡੇ ਵਾਲਾ ਆਉਂਦਾ ਸੀ ਦੀਪ ਬਈ ਉਹਨਾਂ ਚੋਂ ਕਿਉਂਕਿ ਇੱਕ ਇੱਕ ਬੰਦੇ ਨਾਲ ਆਪਣਾ ਰਿਸ਼ਤਾ ਇਦਾਂ ਦਾ ਬਣ ਜਾਂਦਾ ਵੀ ਯਾਰ ਇਹ ਫਿਲਮ ਤੋਂ ਬਾਅਦ ਬਣ ਗਿਆ ਸੀ ਇਹ ਫਿਲਮ ਤੋਂ ਬਾਅਦ ਅਸੀਂ ਬੜੀ ਵਾਰ ਮਿਲੇ ਫੋਨ ਤੇ ਵੀ ਗੱਲਾਂ ਹੁੰਦੀਆਂ ਰਹੀਆਂ ਜਿਉਂ ਹੁੰਦੀ ਰਹਿੰਦੀਆਂ ਸੀ ਮੈਂ ਅਕਸਰ ਉਹਨੂੰ ਪੁੱਛਦਾ ਰਹਿੰਦਾ ਸੀ ਅਸੀਂ ਸਾਡੇ ਵਾਲ ਤੋਂ ਬਾਅਦ ਫਿਰ ਜੋਰਾ ਸੈਕੰਡ ਚੈਪਟਰ ਕੀਤੀ ਸੀ ਉਹ ਇਹ ਫਿਲਮ ਤੋਂ ਬਾਅਦ ਕੀਤੀ ਸੀ ਉਹਨੂੰ ਮੈਨੂੰ ਇਹਨਾਂ ਕੰਮ ਬਹੁਤ ਪਸੰਦ ਆਇਆ ਸੀ ਫਿਰ ਉਹਨੇ ਜੋਰਾ ਲਈ ਮੈਨੂੰ ਕਿਹਾ ਸੀ ਵੀ ਆਪਾਂ ਫਿਲਮ ਕਰਨ ਜਾ ਰਹੇ ਹਾਂ ਬ੍ਰਦਰ ਜੋਰਾ 2 ਹੈਨਾ ਸੋ ਇਸ ਫਿਲਮ ਤੋਂ ਬਾਅਦ ਹੀ ਕੀਤੀ ਸੀ ਮੈਂ ਉਹਦੇ ਨਾਲ ਬਾਈ ਨਾਲ ਜਿਨ੍ਹਾਂ ਨੇ ਜੋਰਾ ਸੈਕਟਰ ਸੈਕੰਡ ਸੈਕਟਰ ਦੇਖੀ ਸੀ ਬਾਈਹੁਰਾਂ ਦਾ ਕਿਰਦਾਰ ਬਹੁਤ ਘੈਂਟ ਸੀ ਇੱਕ ਸਿਆਸਤਦਾਨ ਦਾ ਕਿਰਦਾਰ ਸੀਗਾ ਸੋ ਵੀਰੇ ਯਾਦਾਂ ਦੀ ਗੱਲ ਕਰ ਲਈਏ ਸਾਡੇ ਵਾਲੇ ਦੀ ਯਾਦਾਂ ਦੀ ਗੱਲ ਕਰ ਲਈਏ ਕਿੰਵੇਂ ਦਾ ਮਾਹੌਲ ਹੁੰਦਾ ਸੀ ਅੱਜ ਕਿਹੜੀ ਤੁਸੀਂ ਨਾ ਜੋ ਟ੍ਰੇਲਰ ਵੇਖਿਆ ਆਪਾਂ ਨੇ ਮਤਲਬ ਯਾਦ ਕੀਤਾ ਯਾਰ ਬਾਈਹੁਰੀਆਂ ਅਕਸਰ ਆ ਗੱਲਬਾਰੇ ਚਰਚਾ ਕਰਦੇ ਹੁੰਦੇ ਸੀ ਜੇ ਅੱਜ ਹੁੰਦੇ ਤਾਂ ਐਵੇਂ ਹੋਣਾ ਸੀ ਐਵੇਂ ਹੋਣਾ ਸੀ ਕਿਉਂਕਿ ਯਾਦਾਂ ਹਮੇਸ਼ਾ ਜੁੜੀਆਂ ਰਹਿਣੀਆਂ ਨੇ ਜੁੜੀਆਂ ਸਹੀ ਗੱਲ ਹੈ ਯਾਦਾਂ ਹਮੇਸ਼ਾ ਹੀ ਰਹਿਣੀਆਂ ਨੇ ਮੈਂ ਪਹਿਲਾਂ ਵੀ ਦੱਸ ਕੇ ਟਿਆ ਸੀਗਾ ਇੱਥੇ ਇੰਟਰਵਿਊ ਕਰ ਰਹੇ ਸੀ ਤੇ ਇਸ ਫਿਲਮ ਕਿਉਂਕਿ ਮੈਂ ਵੀ ਸੈਟ ਤੇ ਗਿਆ ਸੀ ਨਵੇਂ ਸੀ ਇੱਕ ਦੂਜੇ ਲਈ ਹਨਾ ਬਟ ਫਿਲਮ ਦੇਖਣ ਤੋਂ ਬਾਅਦ ਦੀਪ ਨਾਲ ਮੇਰਾ ਪਿਆਰ ਬਹੁਤ ਵੱਧ ਗਿਆ ਹੈ ਨਾ ਦੀਪ ਨੇ ਮੈਨੂੰ ਸਪੈਸ਼ਲ ਫੋਨ ਵੀ ਕੀਤਾ ਬਰਦਰ ਥੋੜਾ ਕੰਮ ਦੇਖਿਆ ਉਸ ਤੋਂ ਬਾਅਦ ਸਾਡੀ ਦੋਸਤੀ ਵਧੀਆ ਗੁੜੀ ਹੋ ਗਈ ਤੇ ਉਸ ਤੋਂ ਬਾਅਦ ਫਿਰ ਜੋੜਾ 2 ਉਸ ਤੋਂ ਬਾਅਦ ਹੀ ਕੀਤੀ ਸੀ ਅਸੀਂ ਹਨਾ ਕਿ ਉਹਦਾ ਸੁਭਾਅ ਵਧੀਆ ਸੀ ਪਰ ਥੋੜਾ ਜਿਹਾ ਕੀ ਕਹਿੰਦੇ ਨਾ ਵਿਛੇਤੀ ਗੁੱਸੇ ਜੇਤੀ ਹੋ ਜਾਂਦਾ ਸੀ ਜੇ ਉਹਨੂੰ ਚੀਜ਼ ਨਾ ਪਸੰਦ ਆ ਉਹਨੂੰ ਚੀਜ਼ਾਂ ਚਾਹੀਦੀਆਂ ਸੀ ਸਾਰੀਆਂ ਅਕੋਰਡਿੰਗਲੀ ਵੀ ਸਾਫ ਸਫਾਈ ਦਾ ਬਹੁਤ ਖਿਆਲ ਰੱਖਦਾ ਹੁੰਦਾ ਸੀ ਉਹ ਨਾ ਮੈਂ ਅਸੀਂ ਬੈਠ ਕੇ ਵੀ ਗੱਲਾਂ ਵੀ ਕਰਦੇ ਸੀ ਉਹਦੀ ਵੈਂਟੀ ਸਾਫ ਹੋਵੇ ਹੈ ਨਾ ਤੇ ਉਹ ਜਨੂੰ ਕੋਈ ਆ ਕੇ ਕਹਿੰਦੇ ਕਹਿੰਦਾ ਮੈਂ ਜਿਹੜੇ ਮੁੰਡਾ ਆਪਣੇ ਸਪੌਟ ਹੁੰਦੇ ਨੇ ਦੀਪ ਬਾਈ ਦੀ ਬਾਈ ਨੇ ਆਉਣਾ ਉਹਦੀ ਵੈਂਟੀ ਸਾਫ ਕਰ ਦੋ ਜੀ ਚੰਗੀ ਤਰ੍ਹਾਂ ਕੋਈ ਚੀਜ਼ ਨਾ ਇਧਰ ਉਧਰ ਹੋਵੇ ਸਭ ਕੁਝ ਉਹ ਬੜਾ ਜਿਵੇਂ ਕਹਿ ਸਕਦੇ ਆ ਕਿ ਹਰ ਚੀਜ਼ ਨੂੰ ਨਾ ਬੜਾ ਪਰਫੈਕਟ ਦੇਖ ਪਰਫੈਕਟਲੀ ਦੇਖਣਾ ਚਾਹੁੰਦਾ ਹੁੰਦਾ ਸੀ ਉਹ ਸੋ ਮਤ ਕਿਵੇਂ ਤਾਂ ਤੁਹਾਨੂੰ ਜਿਹੜਾ ਜਦੋਂ ਟ੍ਰੇਲਰ ਵੇਖਿਆ ਕਿਹੜੀ ਚੀਜ਼ ਲੱਗੀ ਤੁਹਾਨੂੰ ਯਾਰ ਬਚਪਨ ਦੀ ਕਬੱਡੀ ਦੀ ਗੱਲ ਕੀਤੀ ਗਈ ਖੇਡਿਓ ਕਬੱਡੀ ਦਾ ਅਕਸਰ ਪਿੰਡਾਂ ਵਾਲੇ ਦਾ ਜ਼ਰੂਰ ਜੁੜੇ ਹੁੰਦਾ ਗ੍ਰੰਡ ਤੜਿਆਂ ਹਾਂ ਮੈਂ ਕਬੱਡੀ ਖੇਡਿਆ ਪਰ ਇਹ ਚ ਨਹੀਂ ਖੇਡਿਆ ਮੈਂ ਇਹਦੇ ਵਿੱਚ ਦੀਪ ਮੇਰਾ ਛੋਟਾ ਭਰਾ ਬਣਿਆ ਹੈ ਗੋਗਲ ਸਾਹਿਬ ਦੇ ਬੇਟੇ ਆ ਸੀ ਸਾਡੇ ਦੋਨਾਂ ਦਾ ਪਿਆਰ ਬਹੁਤ ਪਿਆਰ ਆ ਸਾਡੇ ਇਸਹਾ ਦੇ ਫਾਲਤੂ ਡਰਦੇ ਆ ਤੇ ਪਰਪਿੰਡ ਚ ਸਾਡਾ ਸਾਡੇ ਫਾਦਰ ਦੀ ਠੋਕ ਹੁੰਦੀ ਹੈ ਪੂਰੀ ਹੈ ਨਾ ਬਟ ਜਿੱਥੇ ਠੋਕ ਹੁੰਦੀ ਹੈ ਜਿਹੜਾ ਪਿੰਡ ਦੀ ਠੋਕ ਹੁੰਦੀ ਹੈ ਉੱਥੇ ਉਹਦੀ ਅਣਮਣ ਵੀ ਹੁੰਦੀ ਹੈ ਪਿੰਡ ਦੇ ਨਾ ਤੇ ਉਹਨਾਂ ਅ ਉਸ ਅਣਮਣ ਦੀ ਕਹਾਣੀ ਦੇ ਦਿਵਾਲੇ ਵਾਲੀ ਸਾਰਾ ਤਾਣਾ ਮਾਣਾ ਬਣਿਆ ਫਿਲਮ ਦਾ ਆਪਾਂ ਜੋ ਟ੍ਰੇਲਰ ਵੇਖਾਂਗੇ ਨਾ ਜਿਹਨਾਂ ਟ੍ਰੇਲਰ ਵੇਖ ਲਾ ਉਹ ਲੱਗਦਾ ਵੀ ਯਾਰ ਇਹ ਨਹੀਂ ਸਾਡੀ ਆਪਣੀ ਕਹਾਣੀ ਹੈ ਸਾਡੀ ਖੇਡ ਨਾਲ ਜੁੜੀ ਹੋਈ ਹੈ ਉਹ ਘੈਂਟ ਗੱਲ ਹੈ ਕਿ ਯਾਰੀ ਦੋਸਤੀ ਦੀ ਵੀ ਗੱਲ ਹੋਊਗੀ ਕਿਤਨਾ ਕਿਤੇ ਟਕਰਾਰ ਦੀ ਵੀ ਗੱਲ ਹੋਏਗੀ ਵੀਰੇ ਟ੍ਰੇਲਰ ਦੇ ਵਿੱਚ ਨਾ ਆਪਾਂ ਵੇਖਦੇ ਕਿ ਯਾਰੀ ਦੋਸਤੀ ਵੀ ਦਾ ਥੋੜਾ ਜਦੋਂ ਆਉਂਦਾ ਕਿ ਥੋੜ ਕੁਈ ਸਾਡੇ ਸਾਡੇ ਵਾਲੀ ਦਾ ਮਤਲਬ ਆ ਕਿ ਆਪਣੇ ਫਿਰ ਜਿੱਥੇ ਆਪਣੇ ਹੁੰਦੇ ਆ ਉੱਥੇ ਟਕਰਾਰਾਂ ਵੀ ਹੁੰਦੀਆਂ ਨੇ ਹਨਾ ਤੇ ਉਹਨਾਂ ਗੱਲਾਂ 'ਚ ਲੜਾਈਆਂ ਵੀ ਹੁੰਦੀਆਂ ਨੇ ਤੇ ਬਟ ਉਹ ਮੋਹ ਰਹਿੰਦਾ ਆ ਇੱਕ ਲੜਾਈ ਉਹ ਲੈਵਲ ਤੇ ਜਲੀਆਂ ਦੀ ਵੀ ਬੰਦੇ ਮਾਰ ਹੀ ਦੇਣੇ ਆਪਾਂ ਕਰ ਨਹੀਂ ਜੇ ਟਕਰਾਰ ਹੋ ਜਾਂਦੀ ਆ ਪਰ ਮੋਹ ਰਹਿੰਦਾ ਹੀ ਆ ਫਿਰ ਆਪਾਂ ਦੇ ਮਨ 'ਚ ਬਾਅਦ 'ਚ ਇਹ ਵੀ ਹੁੰਦਾ ਯਾਰ ਆਪਾਂ ਬੋਲੀ ਵੀ ਇਹਨਾਂ ਨਾਲ ਹਨਾ ਵੀ ਆਪਾਂ ਹੀ ਲੜਪੇ ਚੱਲਾ ਸਾਡਾ ਹੀ ਆ ਹਨਾ ਤੋਂ ਉਹਨਾਂ ਚੀਜ਼ਾਂ ਦੀ ਅਪਰੋਨਸ ਦੇ ਵਿੱਚ ਇਹ ਕਹਾਣੀ ਚੱਲਦੀ ਰਹਿੰਦੀ ਆ ਇਹ ਤੁਹ ਬ੍ਰਿੰਕੇ ਦੀ ਬਚਪਨ ਦੇ ਵਿੱਚ ਕੋਈ ਐਦਾਂ ਦਾ ਤੁਹਾਡਾ ਜਿਗਰੀ ਯਾਰ ਜਿਹੜਾ ਬਿਨਾਂ ਗੱਲ ਤੋਂ ਗੁੱਸੇ ਹੋ ਗਿਆ ਹੋਵੇ ਜੀ ਨੂੰ ਲੱਗਿਆ ਹੋਵੇ ਯਾਰ ਨਹੀਂ ਕੋਈ ਐਦਾਂ ਦਾ ਹੋਇਆ ਤੁਹਾਨੂੰ ਸਿਸਟਮ ਦਾ ਮੇਰਾ ਮੇਰੇ ਦੋਸ ਜਿੱ ਇਕੱਠੇ ਪੜ੍ਹਦੇ ਹੁੰਦੇ ਸੀ ਤੇ ਅਸੀਂ ਲੜ ਪੈਂਦੇ ਸੀ ਬੋਲਦੇ ਨਹੀਂ ਸੀ ਫਿਰ ਆਪ ਹੀ ਕਿਸੇ ਨੂੰ ਬੁਲਾਉਂਦੇ ਸੀ ਕਿਉਂਕਿ ਰਹਿ ਨਹੀਂ ਹੁੰਦਾ ਸੀ ਇੱਕ ਦੋ ਦਿਨ ਨਿਕਲ ਜਾਣੇ ਫਿਰ ਗਣਾ ਨਹੀਂ ਯਾਰ ਫਿਰ ਜਾਂ ਜਿਵੇਂ ਇੱਕ ਮੇਰਾ ਦੋਸਤ ਆ ਰੰਜਨ ਆਸਟ੍ਰੇਲੀਆ ਰਹਿੰਦਾ ਹੈ ਉਹ ਉਹ ਥੋੜਾ ਜਿਹਾ ਜਿੱਦੀ ਸੀ ਵੀ ਜੇ ਉਹ ਅਸੀਂ ਕਈ ਵਾਰ ਜੇ ਮੈਂ ਮੁੰਡਾ ਗੁੱਸੇ ਵੀ ਹੋਣਾ ਉਹ ਚੁੱਪ ਹੀ ਰਹਿੰਦਾ ਸੀ ਬਸ ਫਿਰ ਉਹਨੂੰ ਆਪ ਹੀ ਜਾ ਕੇ ਬੁਲਾਉਣਾ ਪੈਂਦਾ ਸੀ ਉਹਨਾਂ ਦਾ ਸਾਲਾ ਬੋਲ ਪਾ ਹੁਣ ਕਿੰਨੇ ਹੁਣ ਕਿਵੇਂ ਰਣਾ ਨਹੀਂ ਮੈਂ ਤਾਂ ਮੈਂ ਠੀਕ ਆ ਮੈਂ ਤਾਂ ਮੈਂ ਤਾਂ ਕੁਝ ਕਿਹਾ ਹੀ ਨਹੀਂ ਮੈਨੂੰ ਕਿ ਉਹ ਹਮੇਸ਼ਾ ਹੀ ਹੁੰਦਾ ਸੀ ਵੀ ਬਸ ਮਾੜਾ ਜਿਹਾ ਕਹਿਣਾ ਹੀ ਆ ਉਹ ਜਿਹਦੇ ਉਹ ਜੀ ਅਸੀਂ ਤੇ ਅੱਜ ਤੱਕ ਸਾਡੀ ਯਾਰੀ ਆ ਤੇ ਕਦੇ ਵੀ 100 ਵਾਰ ਲੜੀਏ ਕਰੀਏ ਜੋ ਮਰਜ਼ੀ ਕਰੀਏ ਪਰ ਸਾਡਾ ਕਦੇ ਇਹ ਨਹੀਂ ਰਿਹਾ ਵੀ ਅਸੀਂ ਇੱਕ ਦੂਜੇ ਨਾਲ ਬੱਝ ਜਾਈਏ ਵੀ ਹਾਂ ਵੀ ਅਸੀਂ ਮਹੀਨਾ ਨਹੀਂ ਬੋਲੇ ਨੇ 2 ਮਹੀਨੇ ਨਹੀਂ ਲੜੇ ਆ ਠੀਕ ਆ ਰਾਤ ਨਿਕਲੀ ਸਵੇਰੇ ਜਾ ਕੇ ਫਿਰ ਗੱਲ ਕਰ ਲਈ ਤੇ ਉਹ ਰਾਤ ਵਾਲੀ ਗੱਲ ਦਾ ਜ਼ਿਕਰ ਹੀ ਨਹੀਂ ਕਰਨਾ ਇਹਨੂੰ ਇਹਨੂੰ ਦੋਸਤੀ ਕਹਿੰਦੇ ਆ ਨਾ ਦੋਸਤੀ ਜੀਓ ਮੈਂ ਇਹ ਕਹਣਾ ਵੀ ਯਾਰ ਆ ਚੀਜ਼ ਗਲਤੋਂ ਮੈਨੂੰ ਕਹਿਣਗੇ ਨਹੀਂ ਆ ਗਲਤ ਆ ਸਹੀ ਨਹੀਂ ਗਲਤ ਆ ਜੇ ਮੈਂ ਉਹਨੂੰ ਕਹਾਂਗਾ ਇਹ ਗਲਤ ਆ ਇਹ ਸਹੀ ਆ ਤਾਂ ਇੱਕ ਦੂਜੇ ਨੂੰ ਅਸੀਂ ਇਹ ਕਹਿ ਸਕਦੇ ਆ ਜੇ ਹਾਂ ਉਹਨੂੰ ਕਿ ਮੈਂ ਹਾਂ ਸਹੀ ਆ ਸਹੀ ਆ ਸਹੀ ਆ ਸਹੀ ਆ ਇਹ ਯਾਰੀ ਨਹੀਂ ਹੁੰਦੀ ਤੁਹਾਡੀਆਂ ਕਮੀਆਂ ਤੁਹਾਡੀ ਪਲੱਸ ਮਾਈਨਸ ਪੁਆਇੰਟ ਉਹ ਤੁਹਾਡਾ ਦੋਸਤ ਸਹੀ ਦੱਸ ਸਕਦਾ ਤੁਹਾਨੂੰ ਕਿਉਂਕਿ ਅਸੀਂ ਇਕੱਠੇ ਵਿਚਰੇ ਹੁੰਨੇ ਆ ਹਰ ਮਾੜੇ ਚੰਗੇ ਸਮੇਂ ਅਸੀਂ ਇਕੱਠਿਆਂ ਦੇਖਿਆ ਹੁੰਦਾ ਵਾ ਕਹਿ ਸਕਦੇ ਵੀ ਉਹੀ ਸਾਡੇ ਵਾਲੇ ਅੱਜ ਤੁਹਾਡੇ ਨਾਲ ਨੇ ਜਿਹੜੇ ਸ਼ੁਰੂ ਤੋਂ ਯਾਰ ਦੋਸਤੀ ਉਹੀ ਨਾਲ ਹੈਗੇ ਨੇ ਬਾਈ ਸ਼ੁਰੂ ਤੋਂ ਹੈਗੇ ਨੇ ਅਸੀਂ ਇਕੱਠੇ ਪੜੇ ਹਾਂ ਹੁਣ ਵੀ ਸਾਡੀ ਉਮੀ ਭਾਵੇਂ ਇਸ ਟਾਈਮ ਵੈਸੇ ਦੂਰ ਦੂਰ ਬੈਠੇ ਆ ਪਰ ਦਿਲ ਸਾਡੇ ਜਮੇ ਇੱਕ ਦੂਜੇ ਨਾਲ ਨਾਲ ਨੇ ਹਾਂ ਕਈ ਵਾਰ ਉਹੀ ਜਿਵੇਂ ਤੋੜ ਲੱਗਦੀ ਹੁੰਦੀ ਆ ਕਹਿੰਦੇ ਵੀ ਨਸ਼ੇੜੀ ਨੂੰ ਤੋੜ ਲੱਗਦੀ ਨਸ਼ੇ ਦੀ ਤੇ ਇੱਧਰ ਗੱਲ ਕਰਨ ਦੀ ਤੋੜ ਲੱਗ ਜਾਂਦੀ ਕਈ ਵਾਰ ਵੀ ਗੱਲ ਕਰ ਲਈਏ ਨਾ ਬਹੁਤ ਚਿਰ ਹੋ ਗਿਆ ਗੱਲ ਹੀ ਨਹੀਂ ਕੀਤੀ ਯਾਰ ਫਿਰ ਇੱਕ ਘੰਟਾ ਘੰਟਾ ਦੋ ਦੋ ਘੰਟੇ ਗੱਲਾਂ ਹੀ ਕਰੀ ਜਾਂਦੇ ਆ ਫਿਰ ਫੋਨ ਕਈ ਵਾਰ ਦੇਖੀ ਉਹ ਉਹ ਘੰਟਾ ਹੋ ਗਿਆ ਡੇਢ ਘੰਟਾ ਹੋ ਗਿਆ ਤੇ ਪਤਾ ਨਹੀਂ ਲੱਗਿਆ ਚੱਲ ਚੰਗਾ ਫਿਰ ਆਪਾਂ ਫਿਰ ਗੱਲ ਕਰਦੇ ਆ ਯਾਨੀ ਕਿ ਗੱਲਾਂ ਹੀ ਨਹੀਂ ਮੁੱਕਦੀਆਂ ਕੈਸਾ ਨੇ ਜੀ ਇਹੀ ਹੁੰਦੇ ਨੇ ਸਾਡੇ ਵਾਲੇ ਨਾ ਜਿੱਥੇ ਤੁਹਾਨੂੰ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਤੁਹਾਡਾ ਟਾਈਮ ਕਿਦੋਂ ਲੰਘ ਗਿਆ ਤੁਹਾਨੂੰ ਕੋਈ ਮਹਿਸੂਸ ਹੀ ਨਾ ਹੋਵੇ ਵੀ ਨਾ ਧੁੱਪ ਆ ਜਾਂ ਛਾਂ ਇਹੀ ਸਾਡੇ ਵਾਲੇ ਹੁੰਦੇ ਨੇ ਸੋ ਵੀਰੇ ਤੁਸੀਂ ਬਹੁਤ ਫਿਲਮਾਂ ਕੀਤੀਆਂ ਨੇ ਹਨਾ ਹਰ ਫਿਲਮ ਦੇ ਵਿੱਚ ਕੋਈ ਨਾ ਕੋਈ ਲੱਗਦਾ ਹੁੰਦਾ ਵੀ ਆ ਚੀਜ਼ ਆ ਆ ਫਿਲਮ ਚ ਅਸੀਂ ਲੈ ਕੇ ਜਾਵਾਂਗੇ ਸਾਡੇ ਵਾਲੇ ਤੇ ਤੁਹਾਨੂੰ ਕੀ ਲੱਗਦਾ ਕਿ ਜੋ ਲੋਕ ਆਉਣ ਕੀਤਾ ਕਿਹੜੀ ਚੀਜ਼ ਹੁੰਦਾ ਵੀ ਆ ਚੀਜ਼ ਲੋਕ ਲੈ ਕੇ ਜਾਣਗੇ ਨਾਲ ਵੀ ਯਾਰ ਆ ਕੈਂਟ ਲੱਗੇ ਹਨ ਮੁਹੱਬਤ ਲੈ ਕੇ ਜਾਣਗੇ ਪਿਆਰ ਲੈ ਕੇ ਜਾਣਗੇ ਜਿਹੜੇ ਇੱਕ ਦੂਜੇ ਨੂੰ ਜਿਹੜੇ ਰੁੱਸੇ ਹੋਏ ਨੇ ਉਹ ਉਹਨਾਂ ਨੂੰ ਮਨਾਉਣ ਦਾ ਜਜ਼ਬਾ ਲੈ ਕੇ ਜਾਣਗੇ ਵੀ ਨਹੀਂ ਯਾਰ ਮੈਂ ਜੀ ਸੋ ਕਹਿ ਸਕਦੇ ਆ ਕਿ ਬੇਸ਼ੱਕ ਅੱਜ ਦੀਪ ਬਾਈ ਸਾਡੇ ਨਾਲ ਨਹੀਂ ਹੈਗੇ ਪਰ ਅਕਸਰ ਉਹਨਾਂ ਦੀਆਂ ਯਾਦਾਂ ਤੇ ਉਹਨਾਂ ਦੀਆਂ ਫਿਲਮਾਂ ਹਮੇਸ਼ਾ ਸਾਡੇ ਨਾਲ ਰਹਿਣਗੀਆਂ ਸਾਡੇ ਵਾਲੇ ਬੋ ਕੈਂਟ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜੀ ਆਪਾਂ ਕਹਿ ਸਕਦੇ ਆ ਕਿ ਆਪਾਂ ਸਾਡੇ ਵਾਲਿਆਂ ਨਾਲ ਹੀ ਆਉਣਾ ਹਨਾ ਟੈਕਟਰ ਟਰਾਲੀਆਂ ਨਾਲ ਭਰ ਕੇ ਆਉਣਾ ਆਪਾਂ ਪੂਰੇ ਥੀਏਟਰਾਂ ਦੇ ਵਿੱਚ ਰੌਣਕਾਂ ਲਾਉਣੀਆਂ ਨੇ ਬੋ ਕੈਂਟ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਸੋ ਬਾਈ ਬਹੁਤ ਬਹੁਤ ਮਿਹਰਬਾਨੀ ਤੁਹਾਨੂੰ ਸਮਾਂ ਦੇਣ ਲਈ ਤੇ ਬਹੁਤ ਮੁਬਾਰਕਾਂ ਥੈਂਕ ਯੂ ਥੈਂਕ ਯੂ ਬਰੇ ਸੋ ਥੈਂਕ ਯੂ ਬਰੇ